ਰੂਪਨਗਰ ਦੇ ਬਹਿਰਾਮਪੁਰ ਜ਼ਮੀਂਦਾਰਾ ਸੋਲਖਿਆ ਟੋਲ ਪਲਾਜ਼ਾ ਤੇ ਪੰਜਾਬ ਜੱਟ ਸਭਾ ਦੇ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਪਹੁੰਚੇ, ਜਿੱਥੇ ਉਨ੍ਹਾਂ ਪਹੁੰਚ ਕੇ ਕਿਸਾਨੀ ਸੰਘਰਸ਼ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ ਅਤੇ ਨਾਲ ਹੀ ਰੂਪਨਗਰ ਤੋਂ ਜ਼ੈਲਦਾਰ ਸਤਵਿੰਦਰ ਸਿੰਘ ਚੜ੍ਹੀਆ ਨੂੰ ਜ਼ਿਲ੍ਹਾ ਰੂਪਨਗਰ ਤੋਂ ਪ੍ਰਧਾਨ ਵੀ ਐਲਾਨਿਆ। ਇਸ ਮੌਕੇ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਉਹ ਸਿਰਫ਼ ਬੀਜੇਪੀ ਸਰਕਾਰ ਦਾ ਹਰ ਇੱਕ ਥਾਂ ਤੇ ਵਿਰੋਧ ਕਰਦੇ ਨੇ, ਭਾਵੇਂ ਉਹ ਕਿਸੇ ਵੀ ਜਗ੍ਹਾ ਤੇ ਹੋਵੇ। ਵਿਧਾਨ ਸਭਾ ਚੋਣਾਂ ਉਹ ਉਸ ਜਗ੍ਹਾ ਜਾ ਕੇ ਵੀ ਬੀਜੇਪੀ ਸਰਕਾਰ ਦਾ ਵਿਰੋਧ ਕਰਦੇ ਨੇ। ਅਸੀਂ ਅੱਜ ਦੀ ਅੱਜ ਪਹਿਲੇ ਦਿਨ ਨਹੀਂ ਸੰਘਰਸ਼ ਦੇ ਵਿੱਚ ਆਏ, ਜਦੋਂ ਦਾ ਅੰਦੋਲਨ ਸ਼ੁਰੂ ਹੋਇਆ ਉਸ ਦਿਨ ਤੋਂ ਪਹਿਲੇ ਦਿਨ ਤੋਂ ਹੀ ਅਸੀਂ ਜਥੇਬੰਦੀਆਂ ਦੇ ਨਾਲ ਜੋ ਵੀ ਸਾਨੂੰ ਹੁਕਮ ਕਰਦੀਆਂ, ਪਹਿਲੇ ਦਿਨ ਤੋਂ ਹੀ ਜਿੰਨੇ ਵੀ ਬੈਰੀਕੇਡਿੰਗ ਤੋੜੇ ਗਏ ਹਰਿਆਣਾ ਦੇ ਵਿੱਚ ਉਹ ਜਾਟ ਮਹਾਂਸਭਾ ਦੇ ਬੰਦਿਆਂ ਦਾ ਕੰਮ ਸੀ ਬੈਰੀਕੇਡਿੰਗ ਤੋੜੇ। ਅੱਜ ਵੀ ਸਾਡੀ ਜਾਟ ਮਹਾਂਸਭਾ ਨੇ ਟਿਕਰੀ ਬਾਰਡਰ, ਸਿੱਘੂ ਬਾਰਡਰ, ਆਪਣਾ ਯੂਪੀ ਬਾਰਡਰ, ਗਾਜ਼ੀਪੁਰ ਬਾਰਡਰ, ਉੱਥੇ ਸਾਰੇ ਲੰਗਰ ਜਿਹੜੇ ਲੱਗੇ ਆ, ਲੋਕਾਂ ਨੇ ਪਿੰਡਾਂ ਤੋਂ ਦੁੱਧ ਵੇਚਣਾ ਬੰਦ ਕਰਕੇ ਅਤੇ ਲੰਗਰਾਂ ਦੇ ਵਿੱਚ 3,000 ਲੀਟਰ ਦੁੱਧ ਸਾਡੇ ਜਾਟ ਮਹਾਂਸਭਾ ਦੇ ਬੰਦੇ ਲੈ ਕੇ ਆ ਰਹੇ ਆ ਔਰ ਲੰਗਰ ਲਾਏ ਆ। ਆਪਣੀਆਂ ਟਰਾਲੀਆਂ ਜਿਹੜੀਆਂ ਪੰਜਾਬ ਤੋਂ ਜਾਂਦੀਆਂ, ਰਾਸ਼ਨ ਦੀ ਕੋਈ ਕਮੀ ਨਹੀਂ, ਲੇਕਿਨ ਉਹ ਬੰਦੇ ਸਾਡੇ ਆਲੇ ਦੁਆਲੇ ਵਾਲੇ ਹਰਿਆਣੇ ਵਾਲੇ ਕਹਿ ਰਹੇ ਆ ਕਿ ਲੰਗਰ ਤੁਸੀਂ ਸਾਡੇ ਕੋਲ ਛਕੋ। ਅਤੇ ਉਹ ਬਹੁਤ ਯੋਗਦਾਨ ਹਰਿਆਣਾ ਨੇ, ਪੁਰਾਣਾ ਜਿਹੜਾ ਭਾਈਚਾਰਾ ਸੀ ਜੱਟਾਂ ਦਾ, ਆਪਾਂ ਜਾਟ ਕਹਿ ਦਿੰਦੇ ਹਾਂ, ਜਾਟ ਅਤੇ ਜੱਟ 'ਚ ਕੋਈ ਫਰਕ ਨਹੀਂ, ਹਿੰਦੀ 'ਚ ਜਾਟ ਕਹਿ ਲਓ, ਪੰਜਾਬੀ 'ਚ ਜੱਟ ਆ। ਉਹਨਾਂ ਨੇ ਉਹ ਮਿਸਾਲ ਪੈਦਾ ਕਰਤੀ ਹੈ ਫਿਰ ਭਾਈਚਾਰੇ ਦੀ, ਸਾਂਝ ਜਿਹੜੀ ਸੀ ਨਾ ਉਹ ਬਹੁਤ ਵੱਧ ਕੇ ਅੱਗੇ ਆਈ ਆ। ਹਰਿਆਣਾ, ਰਾਜਸਥਾਨ, ਯੂਪੀ, ਪੰਜਾਬ ਇੱਕ ਮਤਲਬ ਲੱਗਦਾ ਨਹੀਂ ਕਿ ਕਦੀ ਵੱਖਰੇ ਸੀ, ਭਰਾਵਾਂ ਤੋਂ ਵੀ ਵੱਧ ਕੇ ਪਿਆਰ। ਪਰ ਅੰਦੋਲਨ ਜਿਸ ਦਿਸ਼ਾ ਵੱਲ ਜਾ ਰਿਹਾ, ਕੀ ਲੱਗਦਾ ਆਉਣ ਵਾਲੇ ਭਵਿੱਖ ਦੇ ਲਈ ਕੀ ਤੁਸੀਂ ਦੇਖ ਰਹੇ ਹੋ? ਅੰਦੋਲਨ ਜਿੱਤਾਂਗੇ, ਬਿਲਕੁਲ ਜਿੱਤਾਂਗੇ। 1% ਵੀ ਸਾਡੇ ਬੰਦਿਆਂ ਦੇ, ਟਕੈਤ ਸਾਹਿਬ ਦੇ ਜਾਂ ਜਥੇਬੰਦੀਆਂ ਜਿੰਨੀਆਂ ਵੀ ਆ, ਜਿੱਦਾਂ ਜਿੱਦਾਂ ਸਾਨੂੰ ਆਦੇਸ਼ ਹੁੰਦੇ ਉਸੇ ਤਰ੍ਹਾਂ ਚੱਲ ਰਹੇ ਹਾਂ। ਅਸੀਂ ਜਥੇਬੰਦੀਆਂ ਤੋਂ 1 ਪੁਆਇੰਟ ਵੀ ਇੱਧਰ ਉੱਧਰ ਨਹੀਂ ਗੱਲ ਕਰਦੇ ਔਰ ਹੁਣ ਅੰਦੋਲਨ ਸਿਖਰਾਂ 'ਤੇ ਆ। ਇਹ ਅੰਦੋਲਨ ਪੰਜਾਬ ਦਾ, ਹਰਿਆਣੇ ਦਾ ਨਹੀਂ ਰਿਹਾ, ਪੂਰੇ ਦੇਸ਼ ਦਾ ਅੰਦੋਲਨ ਆ। ਔਰ ਪੂਰਾ ਦਿਲੋਂ ਕਹਿ ਰਿਹਾ, ਦਿਲ ਦੀਆਂ ਗਹਿਰਾਈਆਂ ਤੋਂ ਕਹਿ ਰਿਹਾ ਕਿ ਭਈ ਅੰਦੋਲਨ ਅਸੀਂ ਜਿੱਤਾਂਗੇ, 3 ਕਾਲੇ ਕਾਨੂੰਨ ਵਾਪਸ ਹੋਣਗੇ ਔਰ MSP ਜਿਹੜੀ ਹੈ 23 ਫਸਲਾਂ 'ਤੇ ਪੂਰੇ ਦੇਸ਼ 'ਚ ਲਾਗੂ ਜਿੰਨਾ ਚਿਰ ਨਹੀਂ ਹੁੰਦੀ, ਇਹਦੀ ਕਾਨੂੰਨੀ ਬਿੱਲ ਬਣ ਕੇ ਸਾਹਮਣੇ ਨਹੀਂ ਆਉਂਦਾ, ਉਹਨਾਂ ਚਿਰ ਅੰਦੋਲਨ ਤੋਂ ਪਿੱਛੇ ਨਹੀਂ ਹਟਾਂਗੇ। ਰੋਪੜ ਦੇ ਵਿੱਚ ਹੁਣ ਜ਼ਿੰਮੇਵਾਰੀ ਜੈਲਦਾਰ ਸਾਹਿਬ ਨੂੰ? ਹਾਂ, ਰੋਪੜ ਦੇ ਵਿੱਚ ਜੈਲਦਾਰ ਸਾਹਿਬ, ਇਹਨਾਂ ਨੂੰ ਅਸੀਂ ਉੱਥੇ ਦੇਖਦੇ ਰਹੇ ਹਾਂ, ਸਮਾਨ ਭੇਜਦੇ ਆ, KFC 'ਤੇ ਮਿਲੇ ਸੀ, ਇਹਨਾਂ ਨੇ ਬੜਾ ਕੰਮ ਕੀਤਾ, ਤੁਹਾਡੇ ਰੋਪੜ ਦੇ ਲੋਕਾਂ ਨੇ ਬਹੁਤ ਕੰਮ ਕੀਤਾ, ਜਥੇਬੰਦੀਆਂ ਦਾ ਸਾਥ ਦੇ ਰਹੇ, ਸਾਡੇ ਦਿਲ 'ਚ ਇਹਨਾਂ ਨਾਲ ਪਿਆਰ ਹੋ ਗਿਆ ਅਤੇ ਅਸੀਂ ਕਿਹਾ ਇਸ ਤਰ੍ਹਾਂ ਦੇ ਬੰਦੇ। ਕੱਲ੍ਹ ਮੈਡਮ ਨਵਜੋਤ ਕੌਰ ਸਿੱਧੂ ਨੇ ਵੀ ਇਹ ਗੱਲ ਕਹੀ ਕਿ ਅਸੀਂ ਜਥੇਬੰਦੀਆਂ ਦੇ ਵਿੱਚੋਂ ਮੈਂ ਲੇਡੀਜ਼ ਲੈਣੀਆਂ, ਜਿਹੜੀਆਂ ਜਥੇਬੰਦੀਆਂ ਦੇ ਨਾਲ ਕੰਮ ਕਰ ਰਹੇ ਲੋਕ ਆ। ਸਾਡਾ ਵੀ ਇਹ ਟੀਚਾ ਕਿ ਜਿਹੜੇ ਕਿਸਾਨਾਂ ਦੇ ਨਾਲ, ਭਈ ਜੱਟ ਸਾਰੇ ਦੇਸ਼ ਦਾ ਕਿਸਾਨ ਹੀ ਆ, ਇਹ ਤਾਂ ਜਾਣਦੇ ਹੀ ਹੋ, ਚਾਹੇ ਉਹ ਹਰਿਆਣੇ ਦਾ, ਚਾਹੇ ਉਹ ਰਾਜਸਥਾਨ ਦਾ, ਯੂਪੀ ਦਾ ਜਾਂ ਮੱਧ ਪ੍ਰਦੇਸ਼ ਦਾ, ਅਤੇ ਜੱਟ ਕਿਸਾਨੀ ਨਾਲ ਜੁੜਿਆ ਆ। ਅਤੇ ਅਸੀਂ ਜੱਟਾਂ ਦੇ ਮੁੰਡੇ, ਕਿਸਾਨਾਂ ਦੇ ਮੁੰਡੇ ਹਾਂ, ਗਰੀਬ ਕਿਸਾਨਾਂ ਦੇ ਮੁੰਡੇ ਹਾਂ, ਅਤੇ ਜਿੰਨਾ ਵੀ ਯੋਗਦਾਨ ਅਸੀਂ ਦੇ ਰਹੇ ਹਾਂ ਉਤੋਂ ਵੀ ਅੱਗੇ ਹੋਰ ਵੱਧ ਦੇਵਾਂਗੇ। ਖਾਬ ਪੰਚਾਇਤਾਂ ਜਿੰਨੀਆਂ ਵੀ ਹੋ ਰਹੀਆਂ ਉਹ ਉਹਨਾਂ ਦੀ, ਮਤਲਬ ਇਹ ਨਹੀਂ ਮੈਂ ਕਹਿਣਾ ਮੇਰੀ ਸਪੋਰਟ ਆ, ਸਾਡੇ ਸਾਰੇ ਜਾਟ ਮਹਾਂਸਭਾ ਦੀ ਜਿਹੜੀ ਸੈਂਟਰਲ ਬਾਡੀ ਆ, ਸਾਡੀ ਪੂਰੀ ਦੀ ਪੂਰੀ ਸਪੋਰਟ ਜਿਹੜੀ ਆ ਜਥੇਬੰਦੀਆਂ ਦੇ ਨਾਲ ਮਿਲ ਕੇ ਇਹ ਖਾਬ ਪੰਚਾਇਤਾਂ 400 ਕਿਲੋਮੀਟਰ ਦੇ ਦਿੱਲੀ ਦੇ ਏਰੀਏ ਦੇ ਵਿੱਚ ਜਿੰਨੀਆਂ ਹੋ ਰਹੀਆਂ ਉਹ ਮੈਂ ਨਹੀਂ ਕਹਿਣਾ ਕਿ ਅਸੀਂ ਕਰਵਾ ਰਹੇ ਹਾਂ, ਜਥੇਬੰਦੀਆਂ ਦੇ ਨਾਲ ਮਿਲ ਕੇ ਉਹਨਾਂ ਦਾ ਸਹਿਯੋਗ ਕਰ ਰਹੇ। ਹਰਪਾਲਪੁਰ ਸਾਹਿਬ, ਜਿਹੜੀ ਕਿ ਰਾਜਨੀਤਿਕ ਪਾਰਟੀਆਂ ਹੁਣ ਜਿਹੜਾ ਕਿਸਾਨੀ ਸੰਘਰਸ਼ ਆ, ਕਿਸਾਨੀ ਅੰਦੋਲਨ ਦਾ ਲਾਹਾ ਲੈਣਾ ਚਾਹ ਰਹੀਆਂ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ, ਸਾਡੀ ਜਿਹੜੀ ਸਭਾ ਨਾ 115 ਸਾਲ ਪੁਰਾਣੀ, ਪਹਿਲਾਂ ਦੱਸਿਆ ਸਾਡੀ ਸੰਸਥਾ ਨੋਨ ਪੋਲੀਟੀਕਲ, ਅਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਅਟੈਚ ਨਹੀਂ, ਨਾ ਕਿਸੇ ਦੇ ਅਸੀਂ ਮੁਤਾਜ ਹਾਂ। ਅਸੀਂ ਸਾਰੀਆਂ ਪਾਰਟੀਆਂ ਦੇ ਉਹਨਾਂ ਲੋਕਾਂ ਨੂੰ ਇਨਵਾਈਟ ਕਰਦੇ ਹਾਂ ਜਿਹੜੇ ਕਿਸਾਨਾਂ ਦੇ ਹੱਕ 'ਚ ਗੱਲ ਕਰਨ, ਕਿਸਾਨ ਜਥੇਬੰਦੀਆਂ ਦੇ ਹੱਕ 'ਚ ਗੱਲ ਕਰਨ,
अपने समाज जट समाज की भलाई की गल कर खुला सदा कि वो साड़ी जाट महासभा आ सकते हैं। असी किसी कांग्रेसी अकाली आप नाल साडा कोई अलायंस नहीं, ना ही उन्हां दी कोई परवाह कर। पर जिहड़े आया तां उह है तां कांग्रेस तों ने ना, कांग्रेस दे नाल संबंध रखदे नहीं। नहीं जी, मैं फिर कहा कि जिहड़े किसानां दी भलाई वास्ते काम करनगे, समाज वास्ते अगे आउणगे, उह भावें किसी भी पार्टी चुण के सुखबीर बादल कहे कि बई मेरे बंदे तुसीं लो, ये किसानां नाल जुड़े, सानूं कहण भी इहदे जथेबंदियां च उत्थे काम कर रहे, जथेबंदियां दा साथ दे रहे, सानू उन्हां तों भी गरेज नहीं। आप वाला कोई साडा बंदा आ, समाज की सेवा कर रहा, संघर्ष के नाल आ, सानू उहदा तों भी गरेज नहीं। हरपुरा साहब, जिहड़ी कि बंगाल दे विच चोणां हुण जा रहियां ने, जिथे कि वड्डे पद्धर ते इस समय देखिया भी किसान जथेबंदियां जिहड़े आगू आ पहुंचे हुए ने, की कहना चाहुंदे हो किस तरह के जिहड़े कि नतीजे रहणगे? 10 दिन टकैत साहब जुधवीर जी ला के आए ने, उत्थे आह्वान कराए सीगे कि हरियाणा यूपी मध्य प्रदेश राजस्थान तो साड़ियां जड़ियां खाप पंचायतां ना जी, वो गड्डियां ते चढ़ चढ़ के, रेल गड्डियां ते चढ़ के, वो वक्री गल है भी किराया नहीं असी दे रहे मोदी नूं, वैसे ही जा रहे हैं। और उत्थे पूरा पिंड पिंड दे विच खाप पंचायतां पहुँच गईआं। साडे कोई मकसद आ कि मोदी नूं डाउन करना है, मोदी नूं हराउणा है। देखो अहीं पोलीटिकल तो है नहीं, पर यह तो कह सकते हैं ना, मोदी साढ़े काले कानून साढ़े उत्ते क्यों थाप रहा, तो इनू भी तो नथ पाउण लई चाहिए ना रोक। तो असी इनू हराउण वास्ते असी किसी पार्टी का क्या ही नहीं कुछ भी, इहदी मदद करो, इहदी ना करो, असी सिर्फ तो सिर्फ इको गल रखी, मोदी नूं नहीं वोट पाउणी। मतलब जिस जिस जगह से विधानसभा चोणां होणगीआं उस जगह से जाके विरोध करो? बिल्कुल बिल्कुल कर रहे हैं जी, करांगे नहीं, कर रहे हैं ऑलरेडी। रूपनगर तो सज्जन सिंह सैनी दी जीरो लाइन दी रिपोर्ट।